ਹੁਣ ਇੰਡੀਆ ਦੇ ਵਿੱਚ ਕੋਵਿਡ ਤੁਹਾਨੂੰ ਪਤਾ ਕਿਵੇਂ ਵਧਿਆ। ਮੈਂ ਜਿੱਦਣ ਆਇਆ ਲੱਖ ਬੰਦਾ ਪਰ ਡੇ ਆ ਰਿਹਾ ਸੀ, ਆ ਹੁਣ ਇੱਕ ਹਫ਼ਤਾ ਹੋਇਆ ਹੁਣ 4 ਲੱਖ ਪੇਸ਼ੈਂਟ ਆ ਰਿਹਾ ਰੋਜ਼, 4 ਲੱਖ ਪਰ ਡੇ। ਅਤੇ ਮੌਤਾਂ ਕਿੰਨੀਆਂ ਹੋ ਰਹੀਆਂ, ਅਤੇ ਹੁਣ ਰੌਲਾ ਸੁਣਿਆ ਤੁਸੀਂ ਆਕਸੀਜਨ ਦੀ ਕਮੀ ਹੋ ਗਈ, ਆਕਸੀਜਨ ਨਹੀਂ ਮਿਲ ਰਹੀ, ਆਕਸੀਜਨ ਨਹੀਂ ਮਿਲ ਰਹੀ, ਕਿੰਨਾ ਰੌਲਾ ਪੈ ਰਿਹਾ। ਅਤੇ ਜੇ ਮੋਦੀ ਵਰਗਿਆਂ ਦਾ ਧਰਮ ਵੇਖਿਆ ਜਾਏਗਾ ਤਾਂ ਇਹ ਵੇਖਿਆ ਜਾਏਗਾ ਹੁਣ ਦਾੜੀ ਵਧਾ ਲਈ, ਵੀ ਮੋਦੀ ਸਾਹਿਬ ਨੇ ਹੁਣ ਦਾੜੀ ਵਧਾ ਲਈ, ਇੱਦਾਂ ਇਹ ਧਰਮ ਵੇਖਿਆ ਜਾਏਗਾ, ਤਿਲਕ ਲਾਇਆ ਇਹ ਵੇਖਿਆ ਜਾਏਗਾ, ਰਾਮ ਮੰਦਿਰ ਬਣਾ ਰਹੇ ਇਹ ਵੇਖਿਆ ਜਾਏਗਾ, ਕੀ ਵੇਖਿਆ ਜਾਏਗਾ ਭਲਾ। ਜੇ ਨਰਿੰਦਰ ਮੋਦੀ ਦਾ ਧਰਮ ਵੇਖਿਆ ਜਾਏਗਾ ਤਾਂ ਕੀ ਵੇਖਿਆ ਜਾਏਗਾ, ਪ੍ਰਬੰਧ ਕਿਵੇਂ ਕਰਨਾ ਸੀ, ਆਕਸੀਜਨ ਕਿਉਂ ਨਹੀਂ ਪ੍ਰਬੰਧ ਕੀਤਾ, ਜੇ ਕੋਵਿਡ ਆ ਗਿਆ ਤਾਂ ਕਿਉਂ ਨਹੀਂ ਪਲਾਂਟ ਲਾਏ ਗਏ, ਕਿਉਂ ਇੰਤਜ਼ਾਮ ਨਹੀਂ ਕੀਤਾ। ਰੋਜ਼ ਦਾ 10 ਲੱਖ ਬੰਦਾ ਵੀ ਆ ਸਕਦਾ, 20 ਲੱਖ ਵੀ ਆ ਸਕਦਾ, ਕਰੋੜਾਂ ਬੰਦਿਆਂ ਨੂੰ ਕੋਵਿਡ ਹੋ ਸਕਦਾ। ਅਤੇ ਜੇ ਅੱਜ ਪਰਖਿਆ ਜਾਏਗਾ ਤਾਂ ਧਰਮ ਕੀ ਮਤਲਬ, ਤੁਹਾਡੀ ਡਿਊਟੀ, ਤੁਹਾਡਾ ਫਰਜ਼, ਤੁਹਾਡੀਆਂ ਜ਼ਿੰਮੇਵਾਰੀਆਂ, ਸੜਕਾਂ 'ਤੇ ਲਾਸ਼ਾਂ ਰੁਲਦੀਆਂ ਹੋਣਗੀਆਂ, ਫਿਰ ਕਾਹਦਾ ਧਰਮ ਹੈ, ਧਰਮੀ ਅਗਲਾ ਕਿਵੇਂ ਸਮਝੇਗਾ। ਲੀਡਰਸ਼ਿਪ ਸਾਰੀ ਧਰਮੀ ਹੈ, ਜਿੰਨੀ ਲੀਡਰਸ਼ਿਪ ਹੈ ਸਾਰੇ ਮੰਦਰਾਂ 'ਚ ਜਾਂਦੇ ਆ, ਢੱਲੀਆਂ ਵਜਾਉਂਦੇ ਆ, ਤਿਲਕ ਲਾਉਂਦੇ ਆ, ਇਹ ਬੜੇ ਧਰਮੀ ਹੈ। ਇਹ ਥੋੜ੍ਹਾ ਪਰਖਿਆ ਜਾਏਗਾ, ਪਰਖਿਆ ਜਾਏਗਾ ਉਹ ਨਹੀਂ ਮੰਦਰ 'ਚ ਜਾਂਦਾ, ਭਾਵੇਂ ਮਸੀਤ 'ਚ ਨਹੀਂ ਜਾਂਦਾ, ਪਰ ਆਪਣੀ ਕੰਟਰੀ ਵਾਸਤੇ ਕੰਮ ਕਰ ਗਿਆ, ਡਿਊਟੀ ਕਰ ਗਿਆ, ਉੱਥੇ ਲਾਸ਼ਾਂ ਰੁਲੀਆਂ ਨਹੀਂ, ਹਰ ਇੱਕ ਬੰਦੇ ਨੂੰ ਖਾਣ ਨੂੰ ਵੀ ਮਿਲ ਗਿਆ, ਪਹਿਨਣ ਨੂੰ ਵੀ ਮਿਲ ਗਿਆ, ਬਿੱਲ ਬੱਤੀਆਂ ਜੋਗੇ ਪੈਸੇ ਵੀ ਮਿਲ ਗਏ, ਧਰਮੀ ਫਿਰ ਕਿਹੜਾ ਇਹਨਾਂ 'ਚੋਂ, ਠੀਕ ਕਿਹੜਾ ਹੈ। ਸਾਰੀ ਕੈਬਨਿਟ, ਸਾਰੀ ਸਰਕਾਰ, ਸਾਰੇ ਦੀ ਧਰਮੀ ਹੈ ਬਣੇ, ਬਾਹਰੋਂ ਥੋੜ੍ਹਾ ਵੇਖਿਆ ਜਾਏਗਾ। ਜਿੱਦਣ ਪਰਖਿਆ ਜਾਏਗਾ ਉਹ ਧਰਮ ਹੈ ਜਿਹੜਾ, ਉਹ ਸਾਡੇ ਫਰਜ਼ਾਂ ਤੋਂ ਹੀ ਪਰਖਿਆ ਜਾਣਾ ਚਾਹੀਦਾ, ਸਾਡਾ ਕਰਮ ਸਾਡਾ ਧਰਮ ਹੋਵੇ, ਸਾਡੀ ਡਿਊਟੀ ਸਾਡਾ ਧਰਮ ਹੋਵੇ।